subscribe to our YouTube channel. Press the bell icon to get the latest up. ਦੇਖੋ ਅੱਜ ਦੀ ਜਿਹੜੀ ਪ੍ਰੈਸ ਕਾਨਫਰੰਸ ਹੈ, ਸਭ ਤੋਂ ਪਹਿਲਾਂ ਤਾਂ ਮੈਂ ਇਹ ਕਹਿਣਾ ਚਾਹੁੰਦਾ ਕਿ ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ, ਤੁਸੀਂ ਸਾਰੇ ਇੱਥੇ ਅੱਜ ਪ੍ਰੈਸ ਕਾਨਫਰੰਸ ਦੇ ਵਿੱਚ ਪਹੁੰਚੇ ਜੇ। ਇਲੈਕਟ੍ਰੋਨਿਕ ਔਰ ਪ੍ਰਿੰਟ ਮੀਡੀਆ ਔਰ ਸੋਸ਼ਲ ਮੀਡੀਆ ਦੇ ਸਾਰੇ ਸਮੂਹ ਜ਼ਿੰਮੇਵਾਰ ਪੱਤਰਕਾਰ ਸਾਹਿਬਾਨ, ਸੋ ਅੱਜ ਲੋਕ ਸਭਾ ਚੋਣਾਂ ਨੂੰ ਲੈ ਕੇ, ਕਿਉਂਕਿ ਸਾਰੀਆਂ ਹੀ ਪਾਰਟੀਆਂ ਆਪੋ ਆਪਣੇ ਤਰੀਕੇ ਦੇ ਨਾਲ ਲੋਕ ਸਭਾ ਦੇ ਮੈਦਾਨ ਦੇ ਵਿੱਚ ਕੁੱਦੀਆਂ ਨੇ, ਔਰ ਇੰਡੀਆ ਅਲਾਇੰਸ ਔਰ ਕਾਂਗਰਸ ਪਾਰਟੀ ਜਿਹੜੀ ਹੈ ਉਹ ਦੇਸ਼ ਦੀ ਡੈਮੋਕ੍ਰੇਸੀ ਨੂੰ ਬਚਾਉਣ ਵਾਸਤੇ, ਦੇਸ਼ ਨੂੰ ਸਹੀ ਦਿਸ਼ਾ 'ਚ ਲਿਜਾਣ ਵਾਸਤੇ ਔਰ ਫਿਰਕਾ ਪ੍ਰਸਤ ਤਾਕਤਾਂ ਦੇ ਨਾਲ ਇੱਕ ਸਹੀ ਸੁਹਿਰਦ ਸਰਕਾਰ ਬਣਾਉਣ ਲਈ, ਉਹਨਾਂ ਨੂੰ ਗੱਦੀ ਤੋਂ ਲਾਉਣ ਵਾਸਤੇ ਆਉਣ ਵਾਲੀਆਂ ਲੋਕ ਸਭਾ ਦੇ ਵਿੱਚ ਬੜੀ ਮਜ਼ਬੂਤੀ ਦੇ ਨਾਲ ਜਾ ਰਹੀ ਹੈ। ਉਸੇ ਤਹਿਤ ਜਦੋਂ ਮਜ਼ਬੂਤੀ ਵਧੀ ਹੈ ਅਤੇ ਉਹੀ ਸਰਕਾਰ ਜਿਹੜੀ ਵਿਕਾਸ ਦੇ ਨਾਂ ਦੇ ਉੱਤੇ ਵੋਟਾਂ ਮੰਗਦੀ ਸੀ, ਜਿਹੜੀ ਸਰਕਾਰ ਕਹਿੰਦੀ ਸੀ ਕਿ ਅਸੀਂ ਖਾਸ ਕਰ NDA ਗੌਰਮੈਂਟ ਭਾਰਤੀ ਜਨਤਾ ਪਾਰਟੀ ਕਿ ਅਸੀਂ ਬਹੁਤ ਵਿਕਾਸ ਕੀਤਾ ਹੈ ਦੇਸ਼ ਦੇ ਵਿੱਚ, ਅਸੀਂ ਹਰ ਤਬਕੇ ਦਾ ਬਹੁਤ ਧਿਆਨ ਰੱਖਿਆ ਹੈ, ਅੱਜ ਉਸ ਪਾਰਟੀ ਨੂੰ ਅੱਜ ਕਿਸੇ ਨਾ ਕਿਸੇ ਰੂਪ ਦੇ ਵਿੱਚ ਕਿਤੇ ਨਾ ਕਿਤੇ ਦੇ ਜਿਹੜੇ ਮਜ਼ਬੂਤ ਕਹਿ ਸਕਦੇ ਜੇ ਕਿ ਉਮੀਦਵਾਰ ਨੇ ਪਾਰਟੀਆਂ ਦੇ, ਚਾਹੇ ਕਿਸੇ ਵੀ ਪਾਰਟੀ ਨਾਲ ਸੰਬੰਧਿਤ ਹੋਣ, ਪੂਰੇ ਭਾਰਤ ਦੇ ਵਿੱਚ ਜਾਂ ਤਾਂ ਉਹਨਾਂ ਨੂੰ ਲਿਜਾਣ ਦੀ ਕੋਸ਼ਿਸ਼ ਕੀਤੀ ਜਾ ਰਹੀ ਕਿਸੇ ਵੀ ਤਰੀਕੇ ਦੇ ਨਾਲ, ਜਾਂ ਉਹਨਾਂ ਦੇ ਵਿਰੁੱਧ ਗਲਤ ਤਰੀਕੇ ਦਾ ਪ੍ਰਚਾਰ ਅਫਵਾਹਾਂ ਫੈਲਾਈਆਂ ਜਾ ਰਹੀਆਂ ਨੇ, ਜੋ ਕਿ ਡੈਮੋਕ੍ਰੇਸੀ ਦੇ ਵਿੱਚ ਲੋਕਤੰਤਰ ਦੇ ਵਿੱਚ ਬਹੁਤ ਮਾੜੀ ਗੱਲ ਹੈ। ਜੇ ਅਸੀਂ ਚਾਹੁੰਦੇ ਹਾਂ ਕਿ ਭਾਰਤ ਦੇ ਵਿੱਚ ਚੰਗੀ ਸਰਕਾਰ ਬਣੇ, ਚੰਗੀ ਗੌਰਮੈਂਟ ਚੁਣ ਕੇ ਆਵੇ, ਤਾਂ ਸਾਨੂੰ ਸਾਰਿਆਂ ਨੂੰ ਉਸ ਚੰਗੀ ਸਰਕਾਰ ਬਣਾਉਣ ਦੇ ਵਿੱਚ ਇੱਕ ਬਰਾਬਰ ਦਾ ਪਲੇਟਫਾਰਮ ਮੁਹੱਈਆ ਕਰਾਉਣਾ ਸਰਕਾਰ ਦਾ ਫਰਜ਼ ਬਣਦਾ, ਸਰਕਾਰੀ ਤੰਤਰ ਦਾ ਫਰਜ਼ ਬਣਦਾ ਹੈ। ਤੁਸੀਂ ਹੁਣ ਦੇਖੋ ਕਿ ਕਾਂਗਰਸ ਪਾਰਟੀ ਦੇ ਪੂਰਨ ਤੌਰ ਦੇ ਉੱਤੇ ਜਿਹੜੇ ਖਾਤੇ ਸੀ ਉਹ ਫਰੀਜ਼ ਕਰ ਦਿੱਤੇ ਗਏ, ਤਾਂ ਕਿ ਜਿਹੜੀ ਪਾਰਟੀ ਹੈ ਉਹ ਚੁਣਾਵ ਪ੍ਰਚਾਰ ਜਿਹੜਾ ਉਸ ਤਰੀਕੇ ਦੇ ਨਾਲ ਕਰ ਨਾ ਸਕੇ ਜਿਸ ਤਰੀਕੇ ਦੇ ਨਾਲ ਉਹ ਆਪਣੀ ਗੱਲ ਲੋਕਾਂ 'ਚ ਰੱਖਣਾ ਚਾਹੁੰਦੇ ਨੇ। ਇਹ ਸਰਕਾਰ ਇੰਨੀ ਹਰਮਨ ਪਿਆਰਤਾ ਰੱਖਦੀ ਸੀ ਅਤੇ ਇਸ ਸਰਕਾਰ ਨੂੰ ਸਗੋਂ ਉਹਨਾਂ ਨੂੰ ਪੁੱਛਣਾ ਚਾਹੀਦਾ ਕਿ ਤੁਹਾਨੂੰ ਕੋਈ ਆਪੋਜੀਸ਼ਨ ਨੂੰ ਤਕਲੀਫ ਤਾਂ ਨਹੀਂ, ਪਰ ਭਾਰਤ ਦਾ ਗੌਰਵਮਈ ਇਤਿਹਾਸ, ਭਾਰਤ ਦਾ ਦੇਸ਼ ਦੀ ਆਜ਼ਾਦੀ ਤੋਂ ਬਾਅਦ ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਜੀ ਵੱਲੋਂ ਜਿਹੜਾ ਸੰਵਿਧਾਨ ਰਚਿਆ ਗਿਆ ਉਹਨੂੰ ਕੁਚਲਣ ਦਾ ਤਰੀਕਾ ਜਿਸ ਤਰੀਕੇ ਦੇ ਨਾਲ ਇਸ ਸਰਕਾਰ ਨੇ, ਇਸ ਪਾਰਟੀ ਨੇ ਅਪਣਾਇਆ ਆ, ਉਹ ਆਉਣ ਵਾਲੇ ਸਮੇਂ ਦੀ ਅਣਐਲਾਨੀ ਹੋਈ ਕਹਿ ਸਕਦੇ ਹਾਂ ਕਿ ਐਮਰਜੈਂਸੀ ਦੇਸ਼ ਦੇ ਵਿੱਚ ਲਗਾ ਦਿੱਤੀ ਗਈ। ਕਦੀ ਇਲੈਕਸ਼ਨਾਂ ਦੇ ਵਿੱਚ ਅਜਿਹੇ ਹੱਥਕੰਡੇ ਨਹੀਂ ਵਰਤੇ ਜਾਂਦੇ ਸੀ ਜਿਸ ਤਰੀਕੇ ਦੇ ਨਾਲ ਹੇਠਲੇ ਪੱਧਰ ਦੀ ਰਾਜਨੀਤੀ ਹੋ ਰਹੀ ਹੈ। ਜੇ ਤੁਸੀਂ ਇੰਨੇ ਹਰਮਨ ਪਿਆਰੇ ਜੇ ਤਾਂ ਤੁਹਾਨੂੰ ਤਾਂ ਕੋਈ ਡਰ ਨਹੀਂ ਹੋਣਾ ਚਾਹੀਦਾ। ਜੇ ਤੁਸੀਂ ਇੰਨੇ ਹਰਮਨ ਪਿਆਰੇ ਜੀ ਤਾਂ ਆਪਣੇ ਵਰਕਰਾਂ ਨੂੰ ਟਿਕਟਾਂ ਕਿਉਂ ਨਹੀਂ ਦਿੰਦੇ? ਆਪਣੀ ਪਾਰਟੀ ਦੇ ਵਰਕਰਾਂ ਨੂੰ, ਉਹਨਾਂ ਨੂੰ ਉਤਾਰੋ ਮੈਦਾਨ ਦੇ ਵਿੱਚ, ਉਹ ਤੁਹਾਡੀ ਸਰਕਾਰ ਦੀਆਂ ਪ੍ਰਾਪਤੀਆਂ ਲੈ ਕੇ ਜਾਣ। ਕਿਤੇ ਤੁਹਾਨੂੰ ਅਫਸਰਾਂ ਦਾ ਸਹਾਰਾ ਲੈਣਾ ਪੈ ਰਿਹਾ, ਕਿਤੇ ਤੁਹਾਨੂੰ ਕੈਂਡੀਡੇਟ ਇੰਪੋਰਟ ਕਰਨੇ ਪੈ ਰਹੇ ਆ, ਕਿਤੇ ਦੂਜੀਆਂ ਪਾਰਟੀਆਂ ਤੋਂ ਲੈ ਕੇ ਉਤਾਰਨੇ ਪੈ ਰਹੇ ਆ। ਇਹ ਚੀਜ਼ ਦਰਸਾਉਂਦੀ ਹੈ ਕਿ ਭਾਰਤੀ ਜਨਤਾ ਪਾਰਟੀ ਔਰ ਉਹਦੀਆਂ ਜਿਹੜੀਆਂ ਸਹਿਯੋਗੀ ਪਾਰਟੀਆਂ ਨੇ ਉਹ ਮੁੱਦਾਹੀਨ ਨੇ ਔਰ ਲੋਕ ਉਹਨਾਂ ਨੂੰ ਸਮਝ ਚੁੱਕੇ ਨੇ, ਕਿਉਂਕਿ ਇਹਨਾਂ ਨੇ ਵਰਗਾਂ ਦੀ ਔਰ ਧਰਮਾਂ ਦੀ ਰਾਜਨੀਤੀ ਕੀਤੀ ਹੈ। ਪਿਛਲਾ ਲੰਬਾ ਸਮਾਂ ਦੇਸ਼ ਦੇ ਵਿੱਚ ਭ੍ਰਿਸ਼ਟਾਚਾਰ ਨੂੰ ਇਸ ਤਰੀਕੇ ਨਾਲ ਪੇਸ਼ ਕੀਤਾ ਗਿਆ ਕਿ ਅਸੀਂ ਬਹੁਤ ਵੱਡੀ ਜਿਹੜੀ ਹੈ ਇਹਦੇ 'ਤੇ ਜੰਗ ਲੜੀ ਹੈ, ਪਰ ਜਦੋਂ ਇਲੈਕਟਰਲ ਬਾਉਂਡ ਸਾਹਮਣੇ ਨਿਕਲ ਕੇ ਆਏ, ਜਦੋਂ ਮਾਣਯੋਗ ਸੁਪਰੀਮ ਕੋਰਟ ਨੇ ਉਹਨੂੰ ਕਟਹਿਰੇ ਦੇ ਵਿੱਚ ਨੰਗਿਆ ਕੀਤਾ, ਤਾਂ ਸਭਨਾ ਦੇਸ਼ ਦੇ ਅੱਗੇ ਇਹਨਾਂ ਨੂੰ ਕੋਈ, ਮੈਂ ਸਮਝਦਾ ਕਿ ਜਵਾਬਦੇਹੀ ਵੀ ਜਿਹੜੀ ਇਹਨਾਂ ਦੀ ਤੈਅ ਕੀਤੀ ਹੈ ਉਹਦੇ ਨਾਲ ਇਹਨਾਂ ਕੋਈ ਜਵਾਬ ਵੀ ਹੈ ਨਹੀਂ ਸੀ ਲੋਕਾਂ ਨੂੰ ਦੇਣ ਵਾਸਤੇ ਕਿ ਅਸੀਂ ਹੁਣ ਭ੍ਰਿਸ਼ਟਾਚਾਰ ਦੇ ਨਾਂ ਦੇ ਉੱਤੇ ਕੀ ਗੱਲ ਕਰੀਏ। ਉਹ ਕੰਪਨੀਆਂ ਜਿਨ੍ਹਾਂ 'ਤੇ, ਉਹ ਲੋਕ ਜਿਨ੍ਹਾਂ 'ਤੇ ED ਕੁਝ ਦਿਨ ਪਹਿਲਾਂ ਰੇਡ ਕਰਦੀ ਹੈ,
ਫਿਰ ਚੰਦ ਦਿਨਾਂ ਦੇ ਬਾਅਦ ਉਹ ਲੋਕ ਇਲੈਕਟਰਲ ਬੌਂਡ ਖਰੀਦ ਕੇ ਇਸ ਭਾਰਤੀ ਜਨਤਾ ਪਾਰਟੀ ਨੂੰ ਦਿੰਦੇ ਹੈ। ਉਹ ਤੋਂ ਬਾਅਦ ED ਜਿਹੜੀ ਹੈ ਉਹਨਾਂ ਨੂੰ ਵਾਸ਼ਿੰਗ ਮਸ਼ੀਨ 'ਚੋਂ ਲੰਘਾ ਕੇ ਅਤੇ ਉਹਨਾਂ ਨੂੰ ਕਲੀਨ ਚਿੱਟ ਦੇ ਦਿੰਦੀ ਹੈ। ਸਾਡਾ ਕਹਿਣਾ ਕਿ ਇਹ ਜਿਹੜੀ ਧਰਤੀ ਅੰਮ੍ਰਿਤਸਰ ਦੀ ਹੈ ਖਾਸ ਕਰ, ਇਹਦਾ ਇਤਿਹਾਸ ਬਹੁਤ ਪੁਰਾਤਨ ਹੈ ਔਰ ਇਹਦਾ ਚਾਰ ਦਰਵਾਜ਼ੇ ਸਾਂਝੀ ਵਾਲਤਾ ਦਾ ਪ੍ਰਤੀਕ ਨੇ ਔਰ ਨਿਉਂ ਕੇ ਚੱਲਣਾ ਔਰ ਸਾਰੇ ਵਰਗਾਂ ਦੀ ਨੁਮਾਇੰਦਗੀ ਕਰਨਾ, ਸਾਰੇ ਵਰਗਾਂ ਨੂੰ ਬਰਾਬਰਤਾ ਦਾ ਅਧਿਕਾਰ ਦੇਣਾ। ਤੁਸੀਂ ਸਮਝ ਸਕਦੇ ਜੇ ਕਿ ਸੰਤ ਮੀਆਂ ਮੀਰ ਜੀ ਨੇ ਜਿਸ ਹਰਿਮੰਦਰ ਸਾਹਿਬ ਦੀ ਨੀਂਹ ਰੱਖੀ ਹੋਵੇ ਅਤੇ ਸੈਕੂਲਰ ਦਾ ਐਡਾ ਵੱਡਾ ਸਰੋਤ ਇਸ ਧਰਤੀ ਦੇ ਉੱਤੇ ਵਗਦਾ ਆ ਜਿਹਦੇ 'ਚ ਹਰ ਪ੍ਰਾਣੀ ਦੇਸ਼ ਵਿਦੇਸ਼ ਦੇ ਵਿੱਚੋਂ ਆ ਕੇ ਇੱਥੇ ਉਹਦੀ ਨਤਮਸਤਕ ਵੀ ਹੁੰਦਾ ਆ ਔਰ ਇੱਥੇ ਪਵਿੱਤਰ ਤੀਰਥਾਂ ਨੂੰ ਪਵਿੱਤਰ ਸਥਾਨਾਂ 'ਤੇ ਜਾ ਕੇ ਨਤਮਸਤਕ ਹੁੰਦਾ ਹੈ ਔਰ ਉੱਥੋਂ ਦੀਆਂ ਆਸਥਾ ਦੇ ਉੱਥੋਂ ਦੇ ਧਰਮ ਦੇ ਜਿਹੜੇ ਸੰਦੇਸ਼ ਨੇ ਉਹਨਾਂ ਦੇ ਮੁਤਾਬਕ ਜੀਵਨ ਜਾਚ ਆਪਣੀ ਜੀਣ ਦਾ ਪ੍ਰਣ ਲੈਂਦਾ ਹੈ। ਪਰ ਦੁੱਖ ਦੀ ਗੱਲ ਇਹ ਹੈ ਕਿ ਅੱਜ ਉਹੀ ਪਾਰਟੀ ਜਿਹੜੀ ਦੇਸ਼ ਦੇ ਉੱਤੇ ਆਪਣਾ ਆਪ ਨੂੰ ਕਹਿੰਦੀ ਹੈ ਕਿ ਅਸੀਂ 10 ਸਾਲ ਰਾਜ ਕੀਤਾ ਸੀ ਲਗਾਤਾਰ ਲੋਕਾਂ ਵਾਸਤੇ ਇਹ ਵਰਗੀਕਰਨ ਤੋਂ ਖੁਸ਼ ਕਰਨ ਵਾਸਤੇ ਜਾਂ ਧਰਮ ਦੀ ਰਾਜਨੀਤੀ ਨਹੀਂ ਕਰਦੇ, ਅੱਜ ਉਹ ਲੋਕ ਇੰਨੇ ਹਤਾਸ਼ ਹੋ ਗਏ ਨੇ ਕਿ ਕਈ ਉਮੀਦਵਾਰ ਜਿਵੇਂ ਤੁਸੀਂ ਮੇਰੇ 'ਤੇ ਵੀ ਗੱਲ ਕਰ ਲਓ ਕਿ ਅਲੱਗ ਅਲੱਗ ਤਰੀਕੇ ਦੇ ਅਲੱਗ ਅਲੱਗ ਚੈਨਲਾਂ 'ਤੇ ਮੈਂ ਮਾਫੀ ਚਾਹੁੰਦਾ ਹਾਂ ਕਿ ਕੁਛ ਲੋਕ ਇਹੋ ਨੇ ਜਿਹੜੇ ਬਗੈਰ ਕਿਸੇ ਦਾ ਰਿਐਕਸ਼ਨ ਲਿਓ, ਬਗੈਰ ਕੋਈ ਗੱਲ ਪੁੱਛਿਓ, ਚੰਗੇ ਚੈਨਲ ਵੀ ਮੈਂ ਉਹਨਾਂ ਨੂੰ ਇਤਰਾਜ਼ ਵੀ ਕੀਤਾ ਔਰ ਉਹਨਾਂ ਨੇ ਕਿਹਾ ਕਿ ਅਸੀਂ ਨਿਊਜ਼ 18 ਦੇ ਮੈਂ ਗੱਲ ਕਰੂੰਗਾ ਕਿ ਉਹਨਾਂ ਨੇ ਕਿਹਾ ਕਿ ਸਾਡੇ ਕੋਲ ਗਲਤੀ ਲੱਗ ਗਈ ਹੈ ਔਰ ਉਹਨੂੰ ਬੰਦੇ ਨੂੰ ਸਸਪੈਂਡ ਵੀ ਕੀਤਾ, ਮੈਂ ਇਹਦੀ ਧੰਨਵਾਦ ਵੀ ਕਰਦਾ ਉਹਨਾਂ ਨੂੰ। ਪਰ ਉਹ ਤੋਂ ਬਾਅਦ ਵੀ ਕਈ ਅਜਿਹੇ ਉਹਨਾਂ ਦੇ ਜਿਹੜੇ ਸੋਸ਼ਲ ਮੀਡੀਆ ਅਕਾਊਂਟ ਚਲਾਉਣ ਵਾਲੇ ਨੇ ਜਾਂ ਉਹਨਾਂ ਦਾ ਜਿਹੜਾ ਇੱਕ ਮੀਡੀਆ ਹਾਊਸ ਹੈ ਉਹਦੇ ਵੱਲੋਂ ਅਲੱਗ ਅਲੱਗ ਤਰ੍ਹਾਂ ਦੀਆਂ ਪੋਸਟਾਂ ਜਿਹੜੀਆਂ ਫਲੋਟ ਕੀਤੀਆਂ ਜਾ ਰਹੀਆਂ ਨੇ। ਕਾਰਨ ਕੀ ਹੈ? ਮਨੀਸ਼ ਤਿਵਾੜੀ ਜੀ ਲੜ ਰਹੇ ਆ ਇੱਥੋਂ, ਪਰਮਾਤਮਾ ਚਲੋ ਚਾਹੇ ਮੈਂ ਲੜਾਂ ਚਾਹੇ ਮੇਰਾ ਉਮੀਦਵਾਰ ਕੋਈ ਵੀ ਹੋਵੇ ਪਾਰਟੀ ਦਾ, ਕਾਂਗਰਸ ਪਾਰਟੀ ਮਜ਼ਬੂਤੀ ਨਾਲ ਲੋਕਤੰਤਰ ਦੇ ਵਿੱਚ ਰਹਿੰਦੀ ਹੋਈ ਸੈਕੂਲਰ ਤਰੀਕੇ ਦੇ ਨਾਲ ਇਹ ਇਲੈਕਸ਼ਨ ਜਿਹੜੀ ਆ ਉਹ ਲੜੇਗੀ ਔਰ ਦੋਵੇਂ ਸੀਟਾਂ ਜਿੱਤਦੇ ਵੀ ਹੈ। ਅੱਜ ਇਹਨਾਂ ਦਾ ਇੱਕ ਹੀ ਮੰਸ਼ਾ ਹੈ ਕਿ ਅਨੰਦਪੁਰ ਸਾਹਿਬ ਦੇ, ਕਿਉਂਕਿ ਸਿੱਖਾਂ ਦਾ ਤਖ਼ਤ ਹੈ ਸ਼੍ਰੀ ਕੇਸਗੜ੍ਹ ਸਾਹਿਬ, ਸ਼੍ਰੀ ਅਕਾਲ ਤਖ਼ਤ ਸਾਹਿਬ, ਇਹ ਕਿਸੇ ਵੀ ਤਰੀਕੇ ਨਾਲ ਕਾਬਜ਼ ਹੋਣਾ ਚਾਹੁੰਦੇ ਨੇ। ਪਹਿਲੀ ਗੱਲ ਤਾਂ ਇਹ ਹੈ ਕਿ ਦੇਖੋ ਅਸੀਂ ਕਹਿੰਦੇ ਹਾਂ ਕਿ ਇਲੈਕਸ਼ਨ ਲੜਨਾ ਹਰ ਇੱਕ ਦਾ ਅਧਿਕਾਰ ਖੇਤਰ ਹੈ, ਸੰਵਿਧਾਨ ਨੂੰ ਇਜਾਜ਼ਤ ਦਿੰਦਾ ਹੈ, ਤੁਸੀਂ ਇਲੈਕਸ਼ਨ ਲੜੋ, ਜੀ ਸਦਕੇ ਲੜੋ, ਤੁਸੀਂ ਆਪਣੀਆਂ ਪ੍ਰਾਪਤੀਆਂ ਦੱਸੋ, ਤੁਸੀਂ ਕਿਸੇ ਦੇ ਕਿਰਦਾਰ ਦੀ ਕਿਰਦਾਰ ਕੁਸ਼ੀ ਨਾ ਕਰੋ, ਤੁਸੀਂ ਕਿਸੇ ਦੇ ਉੱਤੇ ਅਜਿਹਾ ਕੰਮ ਨਾ ਕਰੋ ਜਿਹੜਾ ਲੋਕਤੰਤਰ ਇਜਾਜ਼ਤ ਨਹੀਂ ਦਿੰਦਾ। ਪੱਤਰਕਾਰਤਾ ਦੀ ਵੀ ਇੱਕ ਮਰਿਆਦਾ ਆ, ਇੱਕ ਹਾਊਸ ਮੀਡੀਆ ਹਾਊਸ ਚਲਾਉਣ ਦੀ ਵੀ ਇੱਕ ਮਰਿਆਦਾ ਆ, ਤੁਸੀਂ ਉਹਨਾਂ ਮਰਿਆਦਾ ਨੂੰ ਲੰਘ ਰਹੇ ਜੇ, ਜਿਹੜੀਆਂ ਆਉਣ ਵਾਲੀਆਂ ਜਿਹੜੀਆਂ ਪੀੜ੍ਹੀਆਂ ਨੇ ਉਹ ਕਦੇ ਵੀ ਤੁਹਾਨੂੰ ਮਾਫ਼ ਨਹੀਂ ਕਰਨਗੀਆਂ। ਅੱਜ ਇਹਨਾਂ ਦੋਵਾਂ ਤਖਤਾਂ ਦੇ ਉੱਤੇ ਤੁਹਾਡਾ ਨਿਗਾਹ ਹੈ ਕਿ ਤੁਸੀਂ ਕਾਬਜ਼ ਹੋਣਾ ਚਾਹੁੰਦੇ ਜੀ, ਪਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਇਹ ਸੈਕੂਲਰ ਸੋਚ ਦੇ ਤਖਤ ਨੇ। ਸਾਡਾ ਭਾਈਚਾਰਾ ਬੜਾ ਮਜ਼ਬੂਤ ਹੈ ਇਸ ਗੁਰੂ ਨਗਰੀ ਦਾ, ਇੰਨਾ ਮਜ਼ਬੂਤ ਹੈ ਕਿ ਇਹਦੇ ਸਰੋਤ ਹੈ, ਸਾਂਝੀ ਵਾਲਤਾ ਦਾ ਸਰੋਤ ਹੈ, ਧਰਮ ਨਿਰਪੱਖਤਾ ਦਾ ਸਰੋਤ ਹੈ। ਇਹਦੇ ਉੱਤੇ ਤੁਸੀਂ ਕਾਬਜ਼ ਹੋਣਾ ਹੈ ਤਾਂ ਤੁਸੀਂ ਆਪਣੇ ਵਿਕਾਸ ਦੀ ਗੱਲ ਕਰੋ, ਤੁਸੀਂ ਸਾਂਝੀ ਵਾਲਤਾ ਦੀ ਗੱਲ ਕਰੋ, ਤੁਸੀਂ ਵਰਗਾਂ ਦੀ ਰਾਜਨੀਤੀ ਨਾ ਕਰੋ, ਤੁਸੀਂ ਧਰਮਾਂ ਦੀ ਰਾਜਨੀਤੀ ਨਾ ਕਰੋ, ਪਰ ਤੁਹਾਡਾ ਏਜੰਡਾ ਕੁਛ ਹੋਰ ਹੈ। ਮੈਂ ਕਹਿਣਾ ਚਾਹੁੰਦਾ ਕਿ ਅਸੀਂ ਸਾਰੇ ਕਾਂਗਰਸ ਪਾਰਟੀ ਦੇ ਸਿਪਾਹੀ ਹੈ ਔਰ ਕਾਂਗਰਸ ਪਾਰਟੀ ਦੇ ਉਮੀਦਵਾਰ ਹੋਣ ਦੀ ਨਾਤੇ ਨਾਲ ਦੀ ਨਾਲ ਲੋਕਾਂ ਦੇ ਜਿਹੜੇ ਸਾਂਝੀ ਵਾਲਤਾ ਦੇ ਕੰਮ ਨੇ, ਜਿਹੜੇ ਲੋਕਾਂ ਦੇ ਸਮਾਜਿਕ ਕੰਮ ਨੇ, ਨਿੱਜੀ ਕੰਮ ਨੇ, ਅਸੀਂ ਇਸ ਤਰੀਕੇ ਨਾਲ ਕਰਦੇ ਹਾਂ ਕਿ ਅਸੀਂ ਆਪਣਤਾ ਦਾ ਉਹਨਾਂ ਦੇ ਨਾਲ ਇੱਕ ਰਿਸ਼ਤਾ ਬਣਾਇਆ ਹੋਇਆ, ਇੱਕ ਪਰਿਵਾਰ ਦਾ ਰਿਸ਼ਤਾ ਬਣਿਆ ਹੋਇਆ। ਤੁਸੀਂ ਅਜਿਹੇ ਰਿਸ਼ਤੇ ਬਣਾਓ, ਜੀ ਸਦਕੇ ਇਲੈਕਸ਼ਨਾਂ ਲੜੋ, ਪਰ ਜਿਹੜੀ ਤੁਸੀਂ ਆ ਕਿਰਦਾਰ ਕੁਸ਼ੀ ਕਰਦੇ ਜੇ, ਮੈਂ ਮਾਫ਼ੀ ਚਾਹੂੰਗਾ ਕਿ ਕੁਛ ਪੱਤਰਕਾਰ ਭਰਾਵਾਂ ਨੂੰ, ਕਿ ਬੇਨਤੀ ਹੈ ਤੁਹਾਨੂੰ ਕਿਰਪਾ ਕਰਕੇ ਅਜਿਹੀਆਂ ਖਬਰਾਂ ਚਲਾਉਣ ਤੋਂ ਪਹਿਲਾਂ ਪੁੱਛ ਲਿਆ ਕਰੋ, ਕਿਸੇ ਨਾਲ ਗੱਲ ਕਰ ਲਿਆ ਕਰੋ। ਕੱਲ੍ਹ ਵੀ ਮੈਨੂੰ ਦਿੱਲੀ ਬਿਠਾ ਦਿੱਤਾ ਗਿਆ, ਮੈਂ ਮੁਕਤਸਰ ਬੈਠਾ ਸਾਂ, ਮੇਰੀ ਪਰਿਵਾਰ ਦੇ ਵਿੱਚ ਮੈਰਿਜ ਸੀ ਔਰ ਸਵੇਰੇ 6 ਵਜੇ ਤੋਂ ਲੈ ਕੇ ਮੈਂ 5 ਵਜੇ ਤੱਕ ਉੱਥੇ ਰਿਹਾ। ਅੱਜ ਵੀ ਮੈਂ ਖਬਰਾਂ ਪੜ੍ਹ ਰਿਹਾ ਕਿ 2 ਵਜੇ ਜਾ ਰਹੇ ਜੀ, 2:30 ਵਜੇ ਜਾ ਰਹੇ, ਇਹ ਕੋਈ ਤਰੀਕਾ ਹੈ? ਮੈਂ ਕਹਿਣਾ ਚਾਹੂੰਗਾ ਤੁਸੀਂ ਜ਼ਿੰਮੇਵਾਰ ਦੇਸ਼ ਦੇ ਜ਼ਿੰਮੇਵਾਰ ਵਿਅਕਤੀ ਹੋ, ਜ਼ਿੰਮੇਵਾਰ ਰਾਜਨੇਤਾ ਹੋ,
ਤੁਹਾਨੂੰ ਆਪ ਅੱਗੇ ਆ ਕੇ ਅਜਿਹੇ ਜਿਹੜੇ ਲੋਕ ਖਬਰਾਂ ਚਲਾਉਂਦੇ ਨੇ ਉਹਨਾਂ 'ਤੇ ਕਾਨੂੰਨੀ ਕਾਰਵਾਈ ਕਰਨੀ ਚਾਹੀਦੀ ਆ, ਠੀਕ ਹੈ। ਦੇਖੋ ਡੈਮੋਕ੍ਰੇਸੀ ਦੇ ਵਿੱਚ ਹਰ ਇੱਕ ਦੀ ਮਰਜ਼ੀ ਆ, ਅਧਿਕਾਰ ਸੰਵਿਧਾਨ ਨੇ ਦਿੱਤਾ, ਕੋਈ ਜਿੱਥੋਂ ਮਰਜ਼ੀ ਇਲੈਕਸ਼ਨ ਲੜ ਸਕਦਾ, ਜਿਸ ਮਰਜ਼ੀ ਪਾਰਟੀ ਤੋਂ ਜਾ ਸਕਦਾ, ਪਰ ਇਹ ਕੋਈ ਤਰੀਕਾਕਾਰ ਨਹੀਂ ਗਾ। ਜਿਸ ਤਰੀਕੇ ਦੇ ਨਾਲ ਤੁਸੀਂ ਇੱਕ ਦੋ ਵਾਰ ਚੁਣੇ ਹੋਏ ਨੁਮਾਇੰਦਿਆਂ ਨੂੰ, ਤਿੰਨ ਤਿੰਨ ਵਾਰ ਚੁਣੇ ਹੋਏ ਨੁਮਾਇੰਦਿਆਂ ਨੂੰ ਜਿਸ ਤਰੀਕੇ ਦੇ ਨਾਲ ਆਪਣੀਆਂ ਖਬਰਾਂ ਚਲਾ ਕੇ ਉਹਨਾਂ ਦੇ ਸਵਾਲੀਆ ਨਿਸ਼ਾਨ ਖੜਾ ਕਰਦੇ, ਤਾਂ ਮੈਂ ਕਹਿਣਾ ਚਾਹੁੰਦਾ ਹੈ ਸਾਡੀ ਤਾਂ ਨਿੱਜਤਾ, ਸਾਡੀ ਵਿਅਕਤੀਗਤ ਤੌਰ 'ਤੇ ਸਾਡਾ ਪਿਆਰ ਲੋਕਾਂ ਨਾਲ ਇਸ ਲੈਵਲ ਤੱਕ ਹੈ। ਤੁਸੀਂ ਭਾਵੇਂ ਲਗਾਤਾਰ ਵੀ ਚਲਾਉਂਦੇ ਰਹੋਗੇ, ਕਦੀ ਵੀ ਤੁਹਾਨੂੰ ਇਹੋ ਜਿਹੀਆਂ, ਮੈਂ ਸਮਝਦਾ ਕਿ ਲੋਕਾਂ ਦੇ ਮਨਾਂ ਦੇ ਵਿੱਚ ਜਗ੍ਹਾ ਨਹੀਂ ਬਣਾ ਪਾਓਗੇ, ਔਰ ਤੁਸੀਂ ਇਸ ਪ੍ਰਚਾਰ ਦੇ ਨਾਲ ਸਾਡਾ ਕਦੀ ਵੀ ਕੋਈ ਵੀ ਹਰਮਨ ਪਿਆਰਤਾ ਦੇ ਉੱਤੇ ਕੋਈ ਫਰਕ ਨਹੀਂ ਪਾ ਸਕਦੇ। ਸੋ ਮੈਂ ਕਾਂਗਰਸ ਪਾਰਟੀ ਦਾ ਸਿਪਾਹੀ ਹਾਂ, ਔਰ ਤਗੜੇ ਹੋ ਕੇ ਸਾਡੀ ਸਮੁੱਚੀ ਜਿਹੜੀ ਕਾਂਗਰਸ ਲੀਡਰਸ਼ਿਪ ਹੈ ਉਹ ਇਲੈਕਸ਼ਨ 'ਚ ਉਤਰੇਗੀ, ਔਰ ਦਾਅਵੇ ਨਾਲ ਕਹਿੰਦਾ ਕਿ 13 'ਚੋਂ ਮੈਕਸੀਮਮ ਸੀਟਾਂ ਜਿਹੜੀਆਂ ਨੇ ਅਸੀਂ ਮਜ਼ਬੂਤੀ ਨਾਲ ਲੜ ਕੇ ਮੈਕਸੀਮਮ ਸੀਟਾਂ ਸਾਰੀਆਂ ਪਾਰਟੀਆਂ ਤੋਂ ਵੱਧ ਸੀਟਾਂ ਜਿੱਤ ਕੇ ਜਿਹੜੀਆਂ ਨੇ ਉਹ ਕਾਂਗਰਸ ਪਾਰਟੀ ਦੀ ਇੰਡੀਆ ਲਾਈਨਸ ਦੀ ਝੋਲੀ ਪਾਵਾਂ। ਦੇਖੋ ਸਵਾਲ ਉਠਾਉਣਾ ਤੁਹਾਡਾ ਫਰਜ਼ ਬਣਦਾ ਹੈ, ਅਸੀਂ ਉਹਦਾ ਵੈਲਕਮ ਕਰਦਾ ਹਾਂ, ਤੁਸੀਂ ਸਾਨੂੰ ਸਵਾਲ ਕਰੋ। ਤੁਸੀਂ ਆਪਣੇ ਘਰ ਬੈਠ ਕੇ ਨਾ ਕੋਈ ਬੰਦਾ ਚੈਨਲ 'ਤੇ ਵੀਡੀਓ ਚਲਾ ਦੇ। ਦੇਖੋ ਅੱਜ ਸਮਾਂ ਇਲੈਕਸ਼ਨ ਦਾ ਹੈ, ਇਹ ਪਿਆਰ ਮੁਹੱਬਤ ਸਾਡੀ ਬੀਜੇਪੀ ਨਾਲ ਵੀ ਬਹੁਤ ਜ਼ਿਆਦਾ ਹੈ, ਸਾਡੀ ਆਪ ਨਾਲ ਵੀ ਬਹੁਤ ਜ਼ਿਆਦਾ ਹੈ। ਇਹਦਾ ਮਤਲਬ ਇਹ ਥੋੜ੍ਹਾ ਕਿ ਅਸੀਂ ਪਾਰਟੀਆਂ ਜੁਆਇਨ ਕਰ ਰਹੇ ਹਾਂ, ਲੜਾਈ ਤਾਂ ਮੁੱਦਿਆਂ ਦੀ ਹੈ, ਲੜਾਈ ਤਾਂ ਵਿਚਾਰਾਂ ਦੀ ਹੈ, ਲੜਾਈ ਤਾਂ ਦੇਸ਼ ਨੂੰ ਕਿਸ ਪੱਖ 'ਤੇ ਲੈ ਕੇ ਜਾਣਾ ਉਹਦੀ ਹੈ, ਉਹਦੀ ਲੜਾਈ ਤੁਸੀਂ ਸਮਝਦੇ ਕਿ ਕਾਂਗਰਸ ਪਾਰਟੀ ਤੋਂ ਬੈਟਰ ਲੜੀ ਜਾ ਸਕਦੀ ਹੈ। ਅਸੀਂ ਦੇਖੋ ਪਾਰਟੀ ਆਪਣੀ ਆਪਣੀ ਹੈ, ਬਿੱਟੂ ਜੀ ਕਿਉਂ ਗਏ ਆ ਇਹ ਬਿੱਟੂ ਜੀ ਦੱਸ ਸਕਦੇ, ਬਿੱਟੂ ਜੀ ਨੇ ਆਪਣੀ ਭਾਵਨਾ ਜਿਹੜੀ ਵਿਅਕਤੀ ਕੀਤੀ ਆ, ਰਿਸ਼ਤਾ ਹੈ, ਰਿਸ਼ਤਾ ਸੀ, ਰਿਸ਼ਤਾ ਰਹੇਗਾ। ਉਹ ਚ ਮੈਂ ਬਿਲਕੁਲ ਜਿੱਥੇ ਰਿਸ਼ਤਾ ਹੋਵੇ ਤਾਂ ਦੁੱਖ ਲੱਗਦਾ ਹੈ, ਮੈਂ ਕਦੀ ਵੀ ਨਹੀਂ ਚਾਹੁੰਦਾ ਕਿ ਐਡਾ ਵੱਡਾ ਬੋਰਡ ਜਿਹੜਾ ਸਾਡਾ ਕਾਂਗਰਸ ਪਾਰਟੀ ਦਾ, ਸਰਦਾਰ ਬੇਅੰਤ ਸਿੰਘ ਔਰ ਉਹਨਾਂ ਦਾ ਪਰਿਵਾਰ ਜਿਹੜਾ ਆ ਉਹਨਾਂ ਦੇ ਵਿੱਚ ਇਸ ਤਰ੍ਹਾਂ ਹੁੰਦਾ, ਪਰ ਠੀਕ ਹੈ, ਉਹਨਾਂ ਦਾ ਕੀ ਕਿਉਂ ਗਏ ਆ, ਕਿਵੇਂ ਗਏ ਆ, ਉਹ ਬਾਅਦ ਦੀਆਂ ਗੱਲਾਂ ਨੇ, ਉਹੀ ਉਹਦੇ ਬਾਰੇ ਉਹ ਸਪਸ਼ਟ ਕਰ ਸਕਦੇ ਆ, ਕਿਉਂਕਿ ਮੁਹੱਬਤ ਕਈ ਵਾਰ ਕਟਾਸ਼ ਇਸ ਤਰ੍ਹਾਂ ਦੇ ਲੱਗਦੇ ਰਹੇ ਆ, ਪ੍ਰਤਾਪ ਬਾਜਵਾ ਵੀ ਗੱਲਾਂ ਕਹਿੰਦੇ ਨੇ, ਕਦੇ ਚਾਹ ਪੀਣ ਜਾਂਦੇ ਨੇ, ਇਹ ਤੁਹਾਡੇ ਬਾਰੇ ਹੀ ਕਿਉਂ ਲੱਗਦੇ ਨੇ ਤੁਹਾਡੇ ਪਾਸ? ਮੈਂ ਇੱਕ ਗੱਲ ਸਪਸ਼ਟ ਕਰਨੀ ਚਾਹੁੰਦਾ ਹਾਂ, ਇੱਕ ਗੱਲ ਨੂੰ ਬੜਾ ਕਲੀਅਰ ਰੱਖੋ ਕਿ ਜੇ ਦੇਸ਼ ਨੂੰ, ਜੇ ਆਪਣੇ ਇਲਾਕੇ ਨੂੰ, ਚਾਹੇ ਕੌਂਸਲਰ ਹੈ, ਚਾਹੇ MLA ਹੈ, ਚਾਹੇ ਮੈਂਬਰ ਪਾਰਲੀਮੈਂਟ ਹੈ, ਉਹ ਤਾਂ ਅੱਗੇ ਵਧਾ ਸਕਦਾ ਕੋਈ ਵੀ ਸਰਕਾਰ ਬਣ ਜੇ। ਜਦੋਂ ਹੁਣ ਅਸੀਂ ਵਿਰੋਧ 'ਚ ਜਿੱਤਦੇ ਹਾਂ, ਇਹਦਾ ਮਤਲਬ ਇਹ ਥੋੜ੍ਹਾ ਕਿ ਮੇਰਾ ਜਿਹੜਾ ਇਲਾਕਾ ਹੈ ਉਹ ਤਰੱਕੀ ਦੇ ਪੱਖੋਂ ਪਿੱਛੇ ਜਾਵੇ। ਮੈਂ ਹੁਣ ਜੇ ਕੰਮ ਹੈ, ਮੈਂ ਮਾਫੀ ਚਾਹੁੰਦਾ, ਮੈਂ ਕੰਮ ਲੈਣਾ ਹੈ, ਜੇ ਫਰਜ਼ ਕਰੋ ਕੇਂਦਰ 'ਚ ਭਾਜਪਾ ਸਰਕਾਰ ਹੈ ਅਤੇ ਭਾਜਪਾ ਸਰਕਾਰ ਕੋਈ ਜਾਣਾ ਸੀ, ਜੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਉਹਨਾਂ ਕੋਲ ਜਾਂਦੇ ਹਾਂ, ਜੇ ਮੁੱਖ ਮੰਤਰੀ ਭਗਵੰਤ ਮਾਨ ਬਣ ਗਏ ਉਹਨਾਂ ਕੋਲ ਜਾਂਦੇ ਹਾਂ। ਮੈਂ ਕਹਿਣਾ ਚਾਹੁੰਦਾ ਇਹ ਆਦਤਾਂ ਬਣਾਓ, ਪਰ ਆਪਣਾ ਕਿਰਦਾਰ ਕਰੈਕਟਰ ਬਣਾ ਕੇ ਰੱਖੋ, ਵੀ ਕਰੈਕਟਰ 'ਤੇ ਕਦੀ ਉਂਗਲ ਨਾ ਉੱਠੇ ਇਹਨਾਂ ਚੀਜ਼ਾਂ ਦੇ ਵਿੱਚ। ਚੁਣਿਆ ਜਾਊਂਗਾ ਉਸੇ ਤਰੀਕੇ ਨਾਲ ਕੰਮ ਕਰੂੰ ਜਿਸ ਤਰੀਕੇ ਨਾਲ ਪਹਿਲਾਂ ਚੁਣੇ ਪਹਿਲਾਂ ਕੀਤਾ ਹੈ, ਉਸੇ ਤਰੀਕੇ ਨਾਲ, ਚਾਹੇ ਪੰਜਾਬ ਸਰਕਾਰ ਹੋਵੇ ਚਾਹੇ ਕੇਂਦਰ ਸਰਕਾਰ ਹੋਵੇ, 100% ਮੈਂ ਕਹਿਣਾ ਚਾਹੁੰਦਾ ਕਿ ਇੰਡੀਆ ਅਲਾਇੰਸ ਦੀ ਸਰਕਾਰ ਬਣੇਗੀ, ਤੁਹਾਡੇ ਸਾਹਮਣੇ ਬਣੇਗੀ, ਤੁਹਾਨੂੰ ਮੈਂ ਦੱਸਣਾ ਚਾਹੁੰਦਾ ਹਾਂ। ਪਰ ਫਿਰ ਵੀ ਮੈਂ ਕਹਿਣਾ ਚਾਹੁੰਦਾ ਨਾਮ ਹੀ ਹੋਵੇ, ਕਿਉਂਕਿ ਦੋਵੇਂ ਪੱਖੀ ਹੁੰਦੇ ਨੇ, ਤਦ ਵੀ ਗੁਰਜੀਤ ਔਜਲਾ ਉਸੇ ਤਨਦੇਹੀ ਨਾਲ ਕੰਮ ਕਰੂੰ ਜਿਸ ਤਨਦੇਹੀ ਨਾਲ 7 ਸਾਲ ਕੀਤਾ, ਔਰ ਉਸੇ ਤਨਦੇਹੀ ਦੇ ਨਾਲ ਚਾਹੇ ਸਰਕਾਰ ਕੋਈ ਹੋਵੇ, ਬੰਦੇ 'ਚ ਹਿੰਮਤ ਚਾਹੀਦੀ ਹੈ, ਸਾਡੇ 'ਚ ਹਿੰਮਤ ਹੈ ਨਾ, ਅਸੀਂ ਤੁਹਾਡਾ ਸਾਹਮਣਾ ਵੀ ਕਰਦੇ ਹਾਂ, ਗੱਲਾਂ ਦਾ ਵੀ ਸਾਹਮਣਾ ਕਰਦੇ ਹਾਂ, ਲੋਕਾਂ ਤੋਂ ਵੀ ਸੁਣਦੇ ਹਾਂ, ਪਰ ਰਾਜਨੀਤੀ ਦੀ ਇੱਕ ਨਵੀਂ ਦਿਸ਼ਾ ਜਿਹੜੀ ਹੈ ਉਹ ਕੱਢ ਕੇ ਲਿਆਉਂਦੀ ਹੈ, ਇਸ ਦਿਸ਼ਾ 'ਤੇ ਸਾਨੂੰ ਸਾਰਿਆਂ ਨੂੰ ਚੱਲਣਾ ਪਊਗਾ। ਤੁਹਾਨੂੰ ਲੱਗਦਾ ਕਿ ਇਹ ਜਿਹੜੀਆਂ ਖਬਰਾਂ ਤੁਹਾਡੀ ਹੀ ਪਾਰਟੀ ਦੇ ਕੁਝ ਲੋਕਾਂ ਵੱਲੋਂ ਫੈਲਾਈਆਂ ਗਈਆਂ ਹੋਣ, ਕਿਉਂਕਿ ਪਹਿਲਾਂ ਵੀ ਕਈ ਵਾਰ ਇਸ ਤਰ੍ਹਾਂ ਦੇ ਕਈ ਵਾਰੀ ਮਾਹੌਲ ਬਣੇ ਆ ਕਿ ਤੁਹਾਡੇ? ਦੇਖੋ ਰਾਜਨੀਤੀ ਦੇ ਵਿੱਚ ਸਭ ਕੁਝ ਚੱਲਦਾ ਹੈ, ਪਰ ਗੁਰਜੀਤ ਔਜਲਾ ਕੀ ਇਹੋ ਜਿਹਾ ਬੰਦਾ ਹੈਗਾ
ਮੈਂ ਕਦੇ ਵੀ ਕਿਸੇ ਦੇ ਰਿਸ਼ਤੇ ਤੋਂ ਮੁਨੱਕਰ ਨਹੀਂ ਹੋਇਆ, ਮੇਰੇ ਰਿਸ਼ਤੇ ਹਮੇਸ਼ਾ ਹੀ ਬੈਸਟ ਰਹੇ ਨੇ ਔਰ ਮੈਂ ਕੋਸ਼ਿਸ਼ ਕਰੂੰਗਾ ਅੰਮ੍ਰਿਤਸਰ ਦੀ ਤਰੱਕੀ ਵਾਸਤੇ ਕਿਤੇ ਵੀ ਜਾਣਾ ਪਵੇ ਕਦੀ ਮੇਰਾ ਰਿਸ਼ਤਾ ਉਹਦੇ 'ਚ ਅੜਚਨ ਨਾ ਆਵੇ। ਪਾਰਟੀ ਦੀ ਬਿਹਤਰੀ ਵਾਸਤੇ ਕੋਈ ਵੀ ਕੰਮ ਕਰਨਾ ਪਵੇ ਮੇਰਾ ਜਿਹੜਾ ਰਿਸ਼ਤਾ ਆ ਉਹ ਅੜਚਨ ਨਾ ਬਣੇ, ਇਹ ਮੇਰੀ ਕੋਸ਼ਿਸ਼ ਹਮੇਸ਼ਾ ਰਹੇਗੀ। ਦੇਖੋ ਜਿਹੜਾ ਵੀ ਬੰਦਾ ਜਿਸ ਵੀ ਪਾਰਟੀ 'ਚ ਕੰਮ ਕਰਦਾ, ਪਹਿਲੀ ਗੱਲ ਤਾਂ ਹੈ ਕਿ ਉਹਨੂੰ ਆਪਣਾ ਬਿਆਨ ਦੇਣ ਲੱਗਿਆ ਸੋਚ ਸਮਝ ਅਤੇ ਵਿਭਾਗ ਤੋਂ ਬਿਆਨ ਦੇਣਾ ਚਾਹੀਦਾ ਅਤੇ ਗਲਤ ਗੱਲ ਨੂੰ ਸਪੋਰਟ ਨਹੀਂ ਕਰਨਾ ਚਾਹੀਦਾ। ਇਹੀ ਅੰਗਰਾਲ ਨੇ ਉਦੋਂ ਬਿਆਨ ਦਿੱਤਾ ਸੀ, ਇਸੇ ਅੰਗਰਾਲ ਨੇ ਉਦੋਂ ਕੰਪਲੇਂਟ ਕੀਤੀ ਸੀ ਕਿ ਲੋਟਸ ਆਪਰੇਸ਼ਨ ਹੈ, ਕਿਸੇ ਨੇ ਤੈਨੂੰ ਨਹੀਂ ਕਿਹਾ ਕਿ ਇਹ ਉਦਣ ਸੱਚਾ ਸੀ ਕਿ ਅੱਜ ਸੱਚਾ, ਇੱਥੇ ਤਾਂ ਕੁਝ ਯਕੀਨ ਹੀ ਨਹੀਂ ਕਰ ਸਕਦੇ, ਤਾਂ ਯਕੀਨ ਇਹਨਾਂ ਨੇ ਤਾਂ ਯਕੀਨ ਉਠਾਤਾ ਸਿਸਟਮ ਦਾ, ਲੋਕਾਂ ਦਾ ਵਿਸ਼ਵਾਸ ਉੱਟ ਗਿਆ ਇਸ ਸਿਸਟਮ ਤੋਂ ਔਰ ਇਹਨਾਂ ਦੀ ਵਜ੍ਹਾ ਕਰਕੇ ਬਾਕੀ ਰਾਜਨੀਤੀ ਵੀ ਕਟਹਿਰੇ 'ਚ ਖੜੀ ਹੋ ਜਾਂਦੀ ਹੈ। ਲੋਕ ਕੁਛ ਨੇ ਜਿਹੜੇ ਮਤਲਬ ਆਪਣੇ ਮਫਾਜ ਵਾਸਤੇ ਕੋਈ ਮਜਬੂਰੀ ਵਾਸਤੇ ਕੀ ਕਾਰਨ ਹੈ ਉਹ ਦੱਸ ਸਕਦਾ ਹੈ, ਪਰ ਬਾਕੀ ਰਾਜਨੀਤੀ ਸਾਰੀ ਥੋੜ੍ਹਾ ਇਹੋ ਜਿਹੀ ਹੈ। ਹਾਂ, ਰਾਜਨੀਤੀ ਦੇ ਵਿੱਚ ਵਾਧਾ ਘਾਟਾ ਉੱਪਰ ਹੇਠਾਂ ਬੰਦਾ ਆਪਣੀ ਸੋਚ ਮੁਤਾਬਕ ਬਿਆਨ ਵੀ ਦੇ ਦਿੰਦਾ ਹੈ, ਆਪਣੀ ਸੋਚ ਮੁਤਾਬਕ ਆਪਣੀ ਲੋੜ ਮੁਤਾਬਕ ਜਿਹੜਾ ਪਾਸਟ ਗਿਆ ਉਹਨੂੰ ਵੀ ਸੱਚਾ ਬਣਾਉਣ ਦੀ ਕੋਸ਼ਿਸ਼ ਕਰਦਾ ਹੈ, ਪਰ ਲੋਕ ਫੈਸਲਾ ਕਰਨ ਵੀ ਸਹੀ ਕੀ ਹੈ ਗਲਤ ਕੀ ਹੈ। ਓਜਾ ਸਾਹਿਬ, ਇਹ ਤਾਂ ਚਲੋ ਜਿਹੜੀਆਂ ਗੱਲਾਂ ਚਲੋ ਤੁਸੀਂ ਸਪਸ਼ਟ ਕਰਤਾ, ਤੁਹਾਡਾ ਪ੍ਰੈਸ ਨੋਟ ਉਹ ਵੀ ਆ ਵੀ ਗਿਆ ਸੀ, ਪਾਰਟੀ ਲੈਵਲ ਤੋਂ ਕੋਈ ਗੱਲ ਹੋਈ, ਪਾਰਟੀ ਨੇ ਤੁਹਾਡਾ ਸੰਪਰਕ ਕੀਤਾ ਇਸ ਤਰ੍ਹਾਂ ਦੀਆਂ ਬਾਹਾਂ ਉੱਠਣ ਤੋਂ ਬਾਅਦ? ਕਿਸੇ ਨੇ ਕੋਈ ਸੰਪਰਕ ਨਹੀਂ ਕੀਤਾ। ਦੇਖੋ ਸੰਪਰਕ ਤਾਂ ਹੁਣ ਮੇਰੀ ਗੱਲ ਸੁਣੋ, ਮੈਂ ਸੰਪਰਕ 'ਚ ਹੀ ਰਿਹਾ 5 ਸਾਲ ਪਾਰਟੀ ਦੇ, ਉਹਦੇ ਮੇਰੀ ਕਦੀ ਉਹਨਾਂ ਨੇ ਉਦੋਂ ਗੱਲ ਨਹੀਂ ਕੀਤੀ। ਮੈਂ ਅੱਜ ਕਿਵੇਂ ਕਹਾਂ, ਮੇਰੇ ਅੱਜ ਵੀ ਮੈਂ ਕਹਿ ਰਿਹਾ ਮੇਰੇ ਹਾਲ ਦੀ ਰਿਲੇਸ਼ਨ ਹੈਗੇ ਨੇ, ਪਰ ਕਾਂਗਰਸ ਪਾਰਟੀ ਦੀ ਟਿਕਟ 'ਤੇ ਜਿਹੜਾ ਉਮੀਦਵਾਰ ਹੈ ਉਹ ਅੰਮ੍ਰਿਤਸਰ ਤੋਂ ਜਿੱਤ ਕੇ ਜਾਏਗਾ, ਇਹ ਮੇਰੀ ਗੱਲ ਅੱਜ ਨੋਟ ਕਰ। ਜੇ ਤੁਹਾਨੂੰ ਟਿਕਟ ਮਿਲਦੀ ਹੈ ਤਾਂ ਬੀਜੇਪੀ ਦੇ ਜਿਹੜੇ ਸੰਭਾਵੀ ਕੈਂਡੀਡੇਟ ਨੇ ਜਾਂ ਫਿਰ ਆਮ ਆਦਮੀ ਪਾਰਟੀ ਨੇ ਉਮੀਦਵਾਰ ਐਲਾਨ ਦੇ, ਉਹ ਤੁਹਾਡੇ ਲਈ ਕਿੰਨੀ ਕੁ ਚੁਣੌਤੀ, ਹਾਲਾਂਕਿ ਪਹਿਲਾਂ ਵੀ ਤੁਸੀਂ ਉਹਨਾਂ ਦੇ ਨਾਲ ਇੱਕ ਵਾਰ ਚੋਣ ਮੈਦਾਨ ਦੇ ਵਿੱਚ? ਦੇਖੋ ਗੱਲ ਇਹ ਹੈ, ਇਹ ਚੀਜ਼ਾਂ ਫੈਸਲਾ ਪਬਲਿਕ ਨੇ ਕਰਨਾ ਹੁੰਦਾ। ਪਹਿਲੀ ਗੱਲ ਤਾਂ ਉਮੀਦਵਾਰ ਸਪਸ਼ਟ ਪਾਰਟੀਆਂ ਐਲਾਨ ਕਰ ਦੇਣ, ਫਿਰ ਉਹਦੀ ਉਮੀਦਵਾਰੀ 'ਤੇ ਕੋਈ ਆਪਾਂ ਗੱਲ ਕਰ ਸਕਦੇ। ਜਦੋਂ ਅਜੇ ਉਮੀਦਵਾਰ ਅਸੀਂ ਖੁਦ ਨਹੀਂ ਅਜੇ ਆਏ ਮੈਦਾਨ 'ਚ, ਸੰਭਾਵੀ ਤੌਰ 'ਤੇ ਕਹਿ ਸਕਦੇ ਹਾਂ, ਪਰ ਪਾਰਟੀ ਨੇ ਅਜੇ ਐਲਾਨ ਕਰਨਾ ਹੈ, ਅਜੇ ਬੀਜੇਪੀ ਦੇ ਉਮੀਦਵਾਰ ਵੀ ਐਲਾਨ ਕਰਨਾ ਹੈ। ਹਾਂ, ਉੱਦਾਂ ਅਸੀਂ ਗੱਲਬਾਤ ਇਹ ਜ਼ਰੂਰ ਕਰਦੇ ਵੀ ਠੀਕ ਹੈ, ਹਰ ਕਿਸੇ ਦਾ ਜੀ ਕਰਦਾ ਹੈ, ਕੋਨਸਟੀਟਿਊਸ਼ਨ ਉਹਨੂੰ ਅਧਿਕਾਰ ਦਿੰਦਾ ਇਲੈਕਸ਼ਨ ਲੜਨ ਦਾ, ਪਰ ਮੈਂ ਇੱਕ ਗੱਲ ਜ਼ਰੂਰ ਕਹੂੰਗਾ, ਜਿੱਥੇ ਨੁਕਸਾਨ ਹੁੰਦਾ ਹੈ, ਜਿਹੜਾ ਬੰਦਾ ਵੀ ਇਲੈਕਸ਼ਨ ਲੜਨ ਆਉਂਦਾ ਹੈ ਉਹਨੂੰ ਘੱਟੋ ਘੱਟ 8-10 ਸਾਲ ਕੌਂਸਲਰ ਤੋਂ ਲੈ ਕੇ ਉਹਨੂੰ ਤਜ਼ਰਬਾ ਹੋਣਾ ਚਾਹੀਦਾ ਇਹਨਾਂ ਚੀਜ਼ਾਂ ਦਾ, ਵੀ ਕਿਵੇਂ ਉਹਦੇ 'ਚ ਸਹਿਣਸ਼ੀਲਤਾ ਆਵੇ, ਕਿਵੇਂ ਗੱਲਾਂ ਦਸਾਂ ਦਾ ਗੱਲ ਸੁਣ ਸਕਦਾ ਹੋਵੇ, ਕਦੋਂ ਧੁੱਪ 'ਚ ਬਹਿ ਕੇ ਐਜੀਟੇਸ਼ਨ ਕਰ ਸਕਦਾ ਹੋਵੇ, ਕਿਉਂਕਿ ਇਹ ਰਾਜਨੀਤੀ ਦੇ ਵਿੱਚ ਤੁਹਾਨੂੰ ਸਾਰੇ ਪੱਖ ਵੇਖਣੇ ਪੈਂਦੇ ਆ, ਕਿਸੇ ਦੇ ਨਿੱਜੀ ਕੰਮਾਂ ਵਾਸਤੇ ਕਿੰਨਾ ਉਸ ਹਿਰਦ ਹੋ ਸਕਦਾ ਹੈ, ਕੀ ਉਹਦਾ ਪਿਛੋਕੜ ਇਹੋ ਜਿਹਾ ਹੈਗਾ ਵੀ ਉਸ ਬੰਦੇ ਨੇ ਪਿਛਲੇ 10-15 ਸਾਲ 20 ਸਾਲ ਸਮਾਜ ਲਈ ਕੋਈ ਕੰਮ ਕੀਤਾ ਹੋਵੇ, ਕੀ ਉਦੋਂ ਉਹਦੇ ਕੋਲ ਪਾਵਰ ਹੈਗੀ ਸੀ ਜਦੋਂ ਕੰਮ ਕਰ ਸਕਦਾ ਸੀ ਤਾਂ ਉਹਨੇ ਨਾ ਕੀਤਾ ਹੋਵੇ? ਇਹ ਸਾਰੀਆਂ ਚੀਜ਼ਾਂ ਜਿਹੜਾ ਸੁਮੇਲ ਹੈ ਇਹਦੇ 'ਚ, ਜਿਹੜਾ ਕੈਂਡੀਡੇਟ ਕੋਈ ਚੁਣਨਗੇ ਜਾਂ ਕੈਂਡੀਡੇਟ ਆਏਗਾ ਉਦੋਂ ਆਪਾਂ ਉਹਦੇ 'ਤੇ ਚਰਚਾ ਕਰਾਂਗੇ ਜ਼ਰੂਰ। ਤੁਸੀਂ 13 ਸੀਟਾਂ ਦੀ ਗੱਲ ਕਰਦੇ, ਕੀ ਪਾਰਟੀ ਦੇ ਵਿੱਚ ਧੜੇਬਾਜ਼ੀ ਖਤਮ ਹੋਊਗੀ? ਨਵਜੋਤ ਸਿੰਘ ਸਿੱਧੂ ਨਜ਼ਰ ਆਉਣਗੇ ਸਿਲੈਕਸ਼ਨ ਦੇ ਵਿੱਚ? ਬਿਲਕੁਲ ਆਉਣਗੇ, ਨਵਜੋਤ ਸਿੱਧੂ ਵੀ ਆਉਣਗੇ ਔਰ ਧੜੇਬੰਦੀ ਵੀ ਖਤਮ, ਧੜੇਬੰਦੀ ਹੈ ਨਹੀਂ ਗੀ। ਦੇਖੋ ਇੱਕ ਮੈਂ ਫਿਰ ਤੁਹਾਨੂੰ ਗੱਲ ਕਹਿ ਦੀ, ਧੜੇਬੰਦੀ ਭਾਰਤੀ ਜਨਤਾ ਪਾਰਟੀ 'ਚ ਸਵਰਗੇ ਆਪਣੇ ਨਹੀਂ ਸੁਸ਼ਮਾ ਸਵਰਾਜ ਜੀ ਦਾ ਕੀ ਹਾਲ ਹੋਇਆ ਸੀ ਤੁਹਾਨੂੰ ਪਤਾ? ਅਡਵਾਨੀ ਜੀ ਦਾ ਕੀ ਹਾਲ ਹੋਇਆ ਸੀ ਤੁਹਾਨੂੰ ਪਤਾ? ਉੱਥੇ ਸਿਰਫ ਡਰਾਇਆ ਜਾਂਦਾ ਈਡੀ ਤੋਂ, ਡਿਪਾਰਟਮੈਂਟ ਤੋਂ, ਵੀ ਜੇ ਤੁਸੀਂ ਕਿਸੇ ਨੇ ਗੱਲ ਕੀਤੀ ਤਾਂ ਤੁਹਾਡਾ ਜੋ ਹਾਲ ਹੋਏਗਾ ਤੁਹਾਨੂੰ ਪਤਾ ਹੀ ਹੋਏਗਾ। ਬਟ ਜਿਹੜੀ ਕਾਂਗਰਸ ਹੈ, ਕਾਂਗਰਸ 'ਚ ਸੈਕੂਲਰ ਸਿਸਟਮ ਹੈ,
ਜਿਹਨੂੰ ਕਿਸੇ ਨੂੰ ਮਰਜ਼ੀ ਪੁੱਛ ਲਓ ਕਿ ਆਪਣੀ ਗੱਲ ਤੁਸੀਂ ਰੱਖ ਸਕਦੇ ਜੀ, ਉਹਨੂੰ ਤੁਸੀਂ ਧੜੇਬੰਦੀ ਨਾਲ ਜੋੜ ਲਓ, ਉਹਨੂੰ ਤੁਸੀਂ ਫੁੱਟ ਦਾ ਨਾਂ ਲੈ ਲਓ, ਤੁਹਾਡੀ ਇੱਕ ਆਪਣੀ ਵਿਚਾਰਧਾਰਾ ਹਰ ਇੱਕ ਦਾ ਇੱਕ ਵੇਖਣ ਦਾ ਪੱਕ ਹੈ, ਪਰ ਨਵਜੋਤ ਸਿੰਘ ਜਿਹਨੇ ਪਾਰਲੀਮੈਂਟ ਚ ਅਜੇ ਹੁਣ ਮੈਨੂੰ ਪਤਾ ਭਾਜਪਾ ਵਾਲੇ ਕਿੱਦਾਂ ਭੱਜਦੇ ਵੇਖੇ, ਮੈਂ ਉੱਥੋਂ ਵੇਖਿਆ ਵੀਡੀਓ ਰਿਲੀਜ਼ ਕਰੋ ਸਾਡੀ, ਜਦੋਂ ਪਾਰਲੀਮੈਂਟ ਚ ਜਦੋਂ ਪਾਰਲੀਮੈਂਟ ਚ ਅਟੈਕ ਹੋਇਆ ਤੇ ਗੱਲ ਪੂਰੀ ਸੁਣ ਲੈ ਤੂੰ ਕਮਲ ਦੀ, ਉਹਨਾਂ ਕੋਲ ਪਾਰਲੀਮੈਂਟ ਚ ਅਟੈਕ ਹੋਏ ਸਾਰੇ ਕੈਮਰੇ ਲੱਗੇ ਨੇ, ਸਾਡੀ ਵੀਡੀਓ ਰਿਲੀਜ਼ ਕਰੋਗਾ, ਤੁਹਾਨੂੰ ਪਤਾ ਲੱਗ ਜੂਗਾ ਵੀ ਇਹ ਮਾਝੇ ਵਾਲੇ ਕਿਹੋ ਜਿਹੇ ਤੇ ਇਸ ਪੰਜਾਬ ਦੀ ਧਰਤੀ ਦਾ ਖੂਨ ਕੀ ਹੈ। ਪੰਜਾਬ ਦੀ ਧਰਤੀ ਹਮੇਸ਼ਾ ਉਹਦੇ ਨਾਲ ਖੜਦੀ ਹੈ, ਜਿੱਥੇ ਜ਼ੁਲਮ ਹੁੰਦਾ ਹੋਵੇ ਇਸ ਵੇਲੇ ਦੇਸ਼ 'ਚ ਜ਼ੁਲਮ ਹੋ ਰਿਹਾ, ਅਸੀਂ ਜ਼ੁਲਮ ਦੇ ਵਿਰੁੱਧ ਖੜਾਂਗੇ। ਉਹਦਾ ਸਾਹਿਬ ਦੋ ਵਾਰੀ ਤੁਸੀਂ ਜਿੱਤੋਗੇ, ਠੀਕ ਹੈ, ਤੀਸਰੀ ਵਾਰੀ ਟਿਕਟ ਦੇ ਵਿੱਚ ਬੜਾ ਘਮਾਸਾਨ ਚੱਲ ਰਿਹਾ ਕਿ ਟਿਕਟ ਮੰਗ ਰਹੇ ਆਪਣੇ ਪਾਰਟੀ ਦੇ, ਜਿੰਨਾ ਚਿਰ ਟਿਕਟ ਤੁਹਾਨੂੰ ਜਿਹਨੂੰ ਨਹੀਂ ਲਾਂਚ ਹੁੰਦੀ, ਉਸ ਤੋਂ ਬਾਅਦ ਕੀ ਪਾਰਟੀ ਦੀ ਜਿਹੜੀ ਆਪ 'ਚ ਜਿਹੜੀ ਰਣਜੀਤਬਾਜੀ ਉਹ ਖਤਮ ਹੋਊਗੀ? ਦੇਖੋ ਜਦੋਂ ਵੀ ਟਿਕਟ ਅਨਾਊਂਸ ਹੋ ਜਾਏਗੀ ਜਿਹਨੂੰ ਵੀ ਹੋ ਜਾਊਗੀ, ਗੁਰਜੀਤ ਔਜਲਾ ਇੱਕ ਸਿਪਾਹੀ ਬਣ ਕੇ ਇੱਕ ਕਹਿ ਸਕਦੇ ਕਿ ਇੱਕ ਆਰਮੀ ਮੈਨ ਬਣ ਕੇ ਪਾਰਟੀ ਦਾ ਲੜਾਈ ਲੜੂਗਾ। ਅੰਮ੍ਰਿਤਸਰ ਦੇ ਲੋਕਾਂ ਦੀ ਹਮਾਇਤ ਦੀ ਜੇ ਗੱਲ ਕਰੋਗੇ ਤਾਂ ਜੇਕਰ ਤੁਹਾਨੂੰ ਟਿਕਟ ਮਿਲੇਗੀ, ਤੇ ਜੇ ਬਾਈ ਦੇ ਟਿਕਟ ਮਿਲਦੀ ਫਿਰ ਤੇ ਅੰਮ੍ਰਿਤਸਰ ਦੇ ਲੋਕਾਂ ਦੀ ਗੱਲ ਕਰੋਗੇ, ਜੇ ਬਾਈ ਦੇ ਟਿਕਟ ਨਹੀਂ ਦਿੱਤੀ ਜਾਂਦੀ ਫਿਰ ਗੱਲਾਂ ਇਹੋ ਹੀ ਜਾਣਗੀਆਂ ਤੁਹਾਡੀਆਂ? ਬਿਲਕੁਲ ਇਦਾਂ ਹੀ ਰਹੇ, ਬਿਲਕੁਲ ਛੋਟੇ ਵੀਰ ਇਦਾਂ ਹੀ ਰਹਾਂਗੇ ਯਾਰ। ਦੇਖੋ ਸਮਾਂ ਲੱਗਦਾ ਹਰ ਚੀਜ਼ ਲਈ, ਸਮਾਂ ਜਿਹੜਾ ਬੰਦੇ ਨੂੰ ਨਿਖਾਰਦਾ ਹੈ ਤੇ ਸਮਾਂ ਬੰਦੇ ਦਾ ਨੁਕਸਾਨ ਕਰ ਦਿੰਦਾ ਹੈ। ਇਹ ਤਾਂ ਫਿਰ ਮੇਰਾ ਸਮਾਂ ਹੋਏਗਾ ਨਾ, ਮੈਂ ਕਿਵੇਂ ਤੈਅ ਕਰਨਾ? ਪਰ ਮੇਰਾ ਤੁਹਾਨੂੰ ਅੱਜ ਮੈਂ ਕਹਿ ਰਿਹਾ ਕਿ ਅਸੀਂ ਕਾਂਗਰਸ ਪਾਰਟੀ ਤੋਂ ਜਿੱਤ ਕੇ ਸੀਟ ਜਾਏਗੀ। ਮੈਂ ਲੋਕਾਂ ਦੇ ਵਿਸ਼ਵਾਸ ਨਾਲ ਗੱਲ ਕਰ ਰਿਹਾ, ਮੇਰਾ ਕੋਈ ਪਰਸਨਲੀ ਮੇਰੀ ਤਾਂ ਇੱਕੋ ਹੀ ਵੋਟ ਹੈ, ਪਰ ਲੋਕਾਂ 'ਤੇ ਮੈਨੂੰ ਵਿਸ਼ਵਾਸ ਹੈ, ਇਸ ਗੁਰੂ ਨਗਰੀ 'ਤੇ ਵਿਸ਼ਵਾਸ ਹੈ, ਇਹਦੀ ਸਾਂਝੀ ਬਾਲਤਾ 'ਤੇ ਮੈਨੂੰ ਵਿਸ਼ਵਾਸ ਹੈ। ਸਾਂਝੀ ਬਾਲਤਾ ਦੀ ਨਗਰੀ 'ਚ ਰਹਿਣ ਵਾਲੇ ਲੋਕ ਕਦੇ ਵੀ ਇਹ ਚੀਜ਼ ਨਹੀਂ ਕਰਨਗੇ ਕਿ ਜਿਹੜੀ ਚੀਜ਼ ਸਾਡੇ ਦੇਸ਼ ਲਈ ਸਾਡੇ ਸਿਸਟਮ ਲਈ ਸਹੀ ਨਾ ਹੋਵੇ, ਵਪਾਰੀਆਂ ਲਈ ਸਹੀ ਨਾ ਹੋਵੇ, ਉਹਦੀ ਕਦੀ ਵੀ ਸਪੋਰਟ ਨਹੀਂ ਕਰਦਾ। ਸਾਹਿਬ ਜਿਹੜੀ ਇਸ ਵਾਰ ਬੀਜੇਪੀ ਇਲੈਕਸ਼ਨ ਲੜ ਰਹੀ ਆ, ਤੁਸੀਂ ਉਹਨਾਂ ਦਾ ਸਟਾਈਲ ਵੇਖ ਲਿਆ, ਜਿਵੇਂ ਹੁਣ ਤੁਹਾਨੂੰ ਉਲਝਾਈ ਦਿੱਤਾ ਇੱਕ ਹਿਸਾਬ ਦਾ, ਤੁਸੀਂ ਹੁਣ ਜਦੋਂ ਤੁਹਾਨੂੰ ਲੋੜ ਹੀ ਨਹੀਂ ਸੀ ਜਵਾਬ ਦੇਣ ਦੀ, ਪਹਿਲਾਂ ਬਿੱਟੂ ਹੁਣਾਂ ਨੂੰ ਲੈ ਗਏ, ਆਪ ਵੱਲੋਂ ਵੀ ਲੈ ਗਏ, ਇਹਨਾਂ ਦਾ ਸਟਾਈਲ ਜਿਹੜਾ ਇਸ ਵਾਰ ਕਿੰਨਾ ਅਗਰੈਸਿਵ ਨਹੀਂ ਬੀਜੇਪੀ ਲੜ ਰਹੀ ਕਿ ਕੰਮ ਪਹਿਲਾਂ ਉਲਝਾ ਦਿਓ ਲੀਡਰਾਂ ਨੂੰ ਵੀ? ਦੇਖੋ ਬਾਕੀ ਸਟੇਟਾਂ 'ਚ ਮੈਨੂੰ ਪਤਾ ਨਹੀਂ ਇਹਨਾਂ ਦਾ ਕੀ ਲੋਕਾਂ ਨੇ ਜਵਾਬ ਦਿੱਤਾ, ਪਰ ਪੰਜਾਬ ਬੜਾ ਸਪਸ਼ਟ ਹੈ ਇਹਨਾਂ ਕੰਮਾਂ ਵਾਂ। ਪੰਜਾਬ ਕਿਤੇ ਵੀ ਧੱਕੇਸ਼ਾਹੀ ਹੁੰਦੀ ਬਰਦਾਸ਼ਤ ਨਹੀਂ ਕਰਦਾ, ਚਾਹੇ ਕਿਸੇ ਗਰੀਬ ਨਾਲ ਹੁੰਦੀ ਹੋਵੇ, ਚਾਹੇ ਕਿਸੇ ਪ੍ਰਦੇਸ਼ ਨਾਲ ਹੁੰਦੀ ਹੋਵੇ, ਚਾਹੇ ਕਿਸੇ ਦੇਸ਼ ਨਾਲ ਹੁੰਦੀ ਹੋਵੇ, ਪੰਜਾਬੀਆਂ ਦਾ ਇੱਕ ਵੱਖਰਾ ਹੀ ਅੰਦਾਜ਼ ਹੈ ਔਰ ਪੰਜਾਬੀ ਉਸ ਅੰਦਾਜ਼ 'ਚ ਰਹਿਣਗੇ ਜੇ ਇਹ ਇਹੋ ਜਿਹੇ ਕੰਮ ਕਰਨਗੇ। ਦੇਖੋ ਇੱਕ ਹੀ ਤਰੀਕਾ ਹੁੰਦਾ ਇਲੈਕਸ਼ਨ ਦਾ, ਪੰਜਾਬੀ ਆਪਣਾ ਵੋਟ ਪਾ ਕੇ ਉਹਦਾ ਜਿਹੜਾ ਜਵਾਬ ਹੈ ਉਹ ਦੇਣਗੇ। ਬੀਤੇ ਦਿਨੀ ਕਾਂਗਰਸ ਦੇ ਵਿੱਚ ਧਰਮ ਦੇ ਨਾਂ 'ਤੇ ਵੀ ਟਿਕਟ ਨੂੰ ਲੈ ਕੇ ਜਿਹੜੀ ਮੰਗ ਕੀਤੀ ਗਈ ਸੀ, ਉਹ ਕਿੱਥੋਂ ਦਾ ਜਾਇਦਾ? ਦੇਖੋ ਹਰ ਇੱਕ ਕਿਸੇ ਦਾ ਆਪਣਾ ਵਿਚਾਰਧਾਰਾ ਹੈ, ਕਾਂਗਰਸ ਸੈਕੂਲਰ ਪਾਰਟੀ ਹੈ, ਕਿਤੇ ਵੀ ਮੈਂ ਕਹੂੰਗਾ ਕਿਤੇ ਵੀ ਇਹਨਾਂ ਚੀਜ਼ਾਂ ਨੂੰ ਉਭਾਰਨਾ ਨਹੀਂ ਚਾਹੀਦਾ, ਚਾਹੇ ਮੈਂ ਹੋਵਾਂ ਚਾਹੇ ਕੋਈ ਵੀ ਲੀਡਰ ਹੋਵੇ, ਅਸੀਂ ਸੈਕੂਲਰ ਸੋਚ ਨਾਲ ਚੱਲਦੇ ਹਾਂ। ਦੇਖੋ ਅੱਜ ਗਲੀ ਦੇ ਵਿੱਚ ਅਸੀਂ ਸਾਰੇ ਤਬਕਿਆਂ ਦੇ ਲੋਕ ਰਹਿੰਦੇ ਹਾਂ, ਸਾਰੇ ਵਰਗਾਂ ਦੇ ਲੋਕ ਰਹਿੰਦੇ ਹਾਂ, ਅਸੀਂ ਕਦੀ ਵੀ ਇਹ ਬਰਦਾਸ਼ਤ ਨਹੀਂ ਕਰ ਸਕਦੇ ਕਿ ਕਿਸੇ ਗਲੀ ਦੇ ਵਿੱਚ ਕਿਸੇ ਤਬਕਿਆਂ ਦੇ ਵਿੱਚ ਆਪਸੀ ਭਾਈਚਾਰੇ ਦੇ ਵਿੱਚ ਕਿਸੇ ਤਰੇੜ ਆਵੇ, ਔਰ ਆਉਣੀ ਵੀ ਨਹੀਂ ਚਾਹੀਦੀ। ਜਿਹੜਾ ਵੀ ਕੋਈ ਗੱਲ ਕਰੂਗਾ ਉਹ ਮੇਰਾ ਮਕਸਦ ਕਹਿੰਦਾ ਕਿ ਉਹਦਾ ਕੋਈ ਨਿੱਜੀ ਮਫਾਦ ਹੋ ਸਕਦਾ, ਪਰ ਕਾਂਗਰਸ ਪਾਰਟੀ ਦਾ ਕਦੀ ਵੀ ਇਹ ਸੰਵਿਧਾਨ ਨਹੀਂ ਆਉਂਦਾ ਕਿ ਇਹ ਚੀਜ਼ਾਂ ਕਰੋ। ਕੱਲ੍ਹ ਦੇ ਇੰਸਟੈਂਟ ਤੋਂ ਬਾਅਦ ਪਾਰਟੀ ਹਾਈਕਮਾਨ ਵੱਲੋਂ ਵੀ ਤੁਹਾਡੇ ਨਾਲ ਗੱਲਬਾਤ ਹੋਈ ਹੋਏਗੀ? ਯਾਰ ਜਿੱਦੇ ਬੰਦਿਆਂ 'ਤੇ ਯਕੀਨ ਹੋਵੇ ਲੋੜ ਨਹੀਂ ਹੁੰਦੀ ਗੱਲ ਕਰਨ ਦੀ, ਮੈਂ ਤਾਂ ਸਿਰਫ ਤੁਹਾਨੂੰ ਕਿਉਂਕਿ ਚਰਚਾ ਦਾ ਵਿਸ਼ਾ ਬਣਿਆ, ਤੁਸੀਂ ਸਾਰੇ ਫੋਨ ਕਰ ਰਹੇ, ਮੈਂ ਇੱਕ ਵਾਰੀ ਮੈਂ ਤੁਹਾਡੇ ਨਾਲ ਗੱਲ ਕਰ ਲਿਆ ਵੀ ਹੋ ਕੀ ਰਿਹਾ ਇਸ ਸਿਸਟਮ ਦੇ ਵਿੱਚ। ਇਹ ਆਲ ਇੰਡੀਆ ਕਾਂਗਰਸ ਕਮੇਟੀ ਦੇ ਉਹਨੂੰ ਉਹ ਦੱਸ ਸਕਦੇ ਆ, ਇਹ ਮੇਰਾ ਦੇਖੋ ਜਦੋਂ ਅਸੀਂ ਤੇ ਜਦੋਂ ਪ੍ਰਧਾਨ ਸਾਂ ਉਦੋਂ ਵੀ ਲੋਕ ਮੁੱਦਿਆਂ ਦੀ ਲੜਾਈ ਲੜਦੇ ਰਹੇ ਹਾਂ, MP ਬਣੇ ਤਦ ਵੀ ਲੜਦੇ ਰਹੇ, ਦੂਜੀ ਬਣੇ ਤਦ ਵੀ ਲੜਦੇ ਪਏ। ਜੇ ਪਾਰਟੀ ਸਮਝੂਗੀ ਕਿ ਬੈਟਰ ਕੈਂਡੀਡੇਟ ਹੈ, ਮੈਂ ਕਹੂੰ ਬੈਟਰ ਕੈਂਡੀਡੇਟ ਨੂੰ ਟਿਕਟ ਦੇਣੀ ਚਾਹੀਦੀ ਹੈ,
ਨਹੀਂ ਇਹੋ ਜਿਹੀ ਕੋਈ ਗੱਲ ਨਹੀਂ, ਇਹੋ ਜਿਹੀ ਕੋਈ ਗੱਲ ਨਹੀਂ ਜੀ। ਪਾਰਟੀ ਸਮਝੂਗੀ ਵੀ ਜੇ ਪਾਰਟੀ ਨੂੰ ਜਿੱਤਣ ਵਾਲਾ ਕੈਂਡੀਡੇਟ ਦੇਣਾ ਚਾਹੀਦਾ, ਜੇ ਕੋਈ ਬੈਟਰ ਆਪਸ਼ਨ ਹੈਗੀ ਪਾਰਟੀ ਨੂੰ ਬੈਟਰ ਆਪਸ਼ਨ ਬਣਾਉਣੀ ਚਾਹੀਦੀ ਹੈ। ਉਹ ਕਦੀ 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 ਕਿਸੇ ਨੂੰ ਵੀ ਲੱਗਦਾ ਹੁੰਦਾ ਮੇਰੇ ਤੋਂ ਚੰਗਾ ਕੋਈ ਬੰਦਾ ਹੈਗਾ, ਇਹਦੇ ਰੱਬ ਨੇ ਸਾਡੇ ਕੰਨ 'ਚ ਪਾ ਕੇ ਭੇਜਿਆ, ਉਹ ਤੈਨੂੰ ਕੋਈ ਪੁੱਛ ਲਿਆ ਤੇਰੇ ਤੋਂ ਵਧੀਆ ਪੱਤਰਕਾਰ ਤੂੰ, ਕਹਿੰਦਾ ਮੇਰੇ ਤੋਂ ਵਧੀਆ ਨਹੀਂ ਕੋਈ ਹੈਗਾ, ਮੈਂ ਇਕੱਲਾ ਹੀ ਹਾਂ। ਥੈਂਕ ਯੂ।